मस्का चस्का टाइम की खबर का होया असर। मां नूं मिलिया उसका बेटा। बीते दिन कादियां दे धर्मपुरा महल्ले तो एक बच्चा घरों चला गया सी, लेकिन परिवार बहुत परेशान ही, रो रो के बुरा हाल सी परिवार का। सो वह परिवार को उन्हों का बेटा मिल चुका है, तस्वीरां राही तुसी देख रहे हो। और परिवार ने मस्का चस्का टाइम का किया स्पैशल धन्यवाद, और असी धन्यवाद करते हैं उन्होंने स्रोतियों का जिन्होंने ये न्यूज़ साड़ी जो बीते दिन लगी सी वध तो वध शेयर की। असी उन्हों का वध तो वध धन्यवाद करते हैं। सो देखते रहो मस्का चस्का टाइम्स। मेरा नाम सुरजीत सिंह जी। ਜਿਹੜੀ ਥੋੜ੍ਹੇ ਦਿਨ ਤੁਸੀਂ ਖਬਰ ਲਵਾਈ ਸੀ ਜੋਬਨਪ੍ਰੀਤ ਬਾਰੇ, ਹਾਂਜੀ ਉਹ ਲੜਕਾ ਮਿਲ ਚੁੱਕਿਆ ਤੁਹਾਨੂੰ, ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ? ਹਾਂਜੀ ਮਿਲ ਚੁੱਕਾ ਜੀ। ਕਿਹੜੀ ਜਗ੍ਹਾ ਤੋਂ ਲੱਭਾ ਜੀ? ਇਹ ਦਰਬਾਰ ਸਾਹਿਬ ਤੋਂ ਲੱਭਾ ਜੀ। ਅੱਛਾ ਜੀ, ਹਾਂਜੀ। ਉੱਥੇ ਕਿੰਨਾ ਦੇ ਥਰੂ ਲੱਭਾ ਅਤੇ ਕਿਸ ਤਰ੍ਹਾਂ ਲੱਭਾ ਜੀ? ਇਹ ਇਸ ਚੈਨਲ ਤੋਂ ਹੀ ਵੀਡੀਓ ਕਰਵਾਈ ਸੀ ਜਿਹੜੀ, ਇਹ ਸਾਰਾ ਕੁਛ ਕਰਦੇ ਰਹੇ, ਉਹਦੇ ਸਾਰੇ ਚੱਲ ਚੁੱਕੀ ਸੀ ਪਤਾ ਲੱਗਾ ਇਹ ਕਰਕੇ ਜੀ। ਤੁਹਾਨੂੰ ਕੋਈ ਮੀਡੀਆ ਵਾਲਿਆਂ ਨੇ ਪਹਿਲਾਂ ਫੋਨ ਵੀ ਕੀਤਾ ਸੀ ਤੁਹਾਡਾ ਬੇਟਾ ਦਰਬਾਰ ਸਾਹਿਬ ਹੀ ਆ ਤੁਸੀਂ ਉੱਥੇ ਜਾ ਕੇ ਭਾਲ ਕਰੋ? ਹਾਂਜੀ ਫੋਨ ਆਇਆ ਸੀ? ਆਇਆ ਸੀ ਫੋਨ ਆਇਆ ਸੀ। ਹਾਂਜੀ ਉਹਦੇ ਥਰੂ ਫੈਂਕ ਗਏ ਸੀ। ਅਤੇ ਕੱਲ੍ਹ ਰਾਤੀ ਤੁਹਾਨੂੰ ਕਿੰਨੇ ਕੁ ਵਜੇ ਤੁਹਾਡਾ ਬੇਟਾ ਮਿਲਿਆ? ਤੁਹਾਨੂੰ ਸਾਨੂੰ 9 ਵਜੇ ਤਕਰੀਬਨ ਮਿਲ ਗਿਆ ਸੀ। ਤੋਰ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਜਿਹੜੀ ਆਮ ਪਬਲਿਕ ਵਾ ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੀ? ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਮਹਾਰਾਜ ਇਹੋ ਜਿਹੀ ਘਟਨਾ ਕਿਸੇ 'ਤੇ ਵਰਤੇ ਨਾ, ਅਤੇ ਜੇ ਇਹੋ ਜਿਹਾ ਕੋਈ ਚਾਂਸ ਹੁੰਦਾ ਵੀ ਆ ਇਸ ਚੈਨਲ ਦਾ ਸਹਾਰਾ ਲੈ ਕੇ ਇਸ ਗੱਲ ਦਾ ਪਤਾ ਲੱਗ ਜਾਂਦਾ, ਥੋੜ੍ਹਾ ਬਹੁਤਾ ਨੌਲੇਜ ਹੋ ਜਾਂਦਾ। ਅੱਜ ਤੁਸੀਂ ਕਿਹੜੇ ਥਾਂ 'ਤੇ ਆਏ ਤੋ ਅਤੇ ਕਿਸ ਤਰ੍ਹਾਂ ਦਾ ਵੀ ਕਿੱਦਾਂ? ਅਸੀਂ ਮੋਕਲ ਪਿੰਡ ਵਿੱਚ ਆਏ ਹਾਂ, ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਹਾਂ ਕਿ ਸਾਡਾ ਬੇਟਾ ਸਾਨੂੰ ਮਿਲ ਗਿਆ ਵਾ, ਨਾਲੇ ਫਿਰ ਅਸੀਂ ਤੁਹਾਡੇ ਨਾਲ ਮਿਲਜੁਲ ਕਰਨ ਆਏ ਹਾਂ, ਵੀ ਬਹੁਤ ਵਧੀਆ ਗੱਲ ਹੋਈ ਆ, ਤੁਹਾਡਾ ਥੈਂਕ ਯੂ ਕਰਨਾ ਹੈ ਜੀ। ਠੀਕ ਹੈ, ਜੋ ਕੁਛ ਵੀ ਹੋਇਆ ਸਭ ਕੁਛ ਠੀਕ ਹੀ ਠੀਕ ਵਾ। ਹੁਣ ਇਹ ਆ ਕਿ ਜੇ ਮੈਂ ਤਾਂ ਇਹੋ ਰੋਕਣ ਰੈਸਲਾ ਦਊਂਗਾ, ਜੇ ਅਵਲ ਤਾਂ ਇਹੋ ਜਿਹਾ ਕੰਮ ਕਿਸੇ ਨਾਲ ਹੋਵੇ ਨਾ, ਜੇ ਹੋਵੇ ਵੀ ਤਾਂ ਚੈਨਲ ਦਾ ਸਹਾਰਾ ਲਵੇ, ਇਹਦੇ ਨਾਲ ਫਿਰ ਪਤਾ ਲੱਗ ਜਾਂਦਾ। ਮੇਰਾ ਨਾਮ ਜੋਬਨ ਆ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਇਹ ਚੈਨਲ ਵਾਲਿਆਂ ਨੂੰ ਵੀ, ਕਿ ਮੇਰਾ ਦਿਲ ਕੀਤਾ ਇਹ ਦਰਬਾਰ ਸਾਹਿਬ ਜਾਣ ਨੂੰ, ਮੇਰਾ ਸੇਵਾ ਭਾਵਨਾ ਦੇ ਵਿੱਚ ਪਿਆਰ ਸੀਗਾ, ਮੈਂ ਤਾਂ ਕਰਕੇ ਦਰਬਾਰ ਸਾਹਿਬ ਚਲਾ ਗਿਆ। ਅਤੇ ਪਿੱਛੋਂ ਮੇਰੇ ਕੋਲ ਨੰਬਰ ਨਹੀਂ ਹੈਗਾ ਕੋਈ, ਮੈਂ ਦੱਸਿਆ ਨਹੀਂ ਗਿਆ, ਇਸੇ ਕਰਕੇ ਮੇਰਾ ਪਰਸ ਵੀ ਘਰ ਰਹਿ ਗਿਆ, ਨਾ ਮੈਂ ਆ ਸਕਿਆ ਵਾਪਸ। ਬਾਅਦ 'ਚੋਂ ਫਿਰ ਚੈਨਲ ਵਾਲਿਆਂ ਨੇ ਨਿਊਜ਼ ਭੇਜੀ, ਇਸੇ ਕਰਕੇ ਬਾਅਦ 'ਚੋਂ ਮੈਨੂੰ ਮਤਲਬ ਖਾਲਸਾ ਐਡ ਵਾਲੇ ਆਏ, ਉਹਨਾਂ ਨੇ ਮੈਨੂੰ ਕਾਦੀਆਂ ਤੱਕ ਲਿਆਂਦਾ। ਅਤੇ ਤੁਸੀਂ ਹੁਣ ਗਾੜੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੀ? ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਇੱਦਾਂ ਦੀ ਭੁੱਲ ਕੋਈ ਵੀ ਨਾ ਕਰੇ। ਤੁਸੀਂ ਆਪਣੇ ਮੰਮੀ ਡੈਡੀ ਦੇ ਨਾਲ ਖੁਸ਼ ਪੂਰਾ? ਹਾਂਜੀ ਪੂਰਾ। ਜਦੋਂ ਸੇਵਾ ਕਰਨ ਜਾਣਾ ਆਪਣੇ ਮੰਮੀ ਡੈਡੀ ਦੇ ਨਾਲ ਜਾਣਾ, ਕੋਈ ਜ਼ਿਆਦਾ ਸਵਾਲ ਨਹੀਂ ਹੈ। ਕੋਈ ਨਾ ਜੀ। ਤੁਸੀਂ ਕਿਹੜੇ ਪਿੰਡ ਦੇ ਵਿੱਚ ਆਏ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ? ਮੋਕਲਾਂ ਪਿੰਡ ਵਿੱਚ। ਤੁਹਾਡਾ ਤੁਹਾਡਾ ਬੇਟਾ ਗੁੰਮ ਹੋਇਆ ਸੀ, ਤੁਹਾਨੂੰ ਮਿਲ ਚੁੱਕਿਆ ਜੀ? ਹਾਂਜੀ ਮਿਲ ਚੁੱਕਾ ਜੀ। ਕਿਸ ਤਰ੍ਹਾਂ ਤੁਹਾਨੂੰ ਕਿੱਥੋਂ ਦਰਬਾਰ ਸਾਹਿਬ ਕਿੱਥੋਂ ਲੱਭਾ ਬੱਚਾ? ਮਾਲਕ ਦੇ ਦਰਬਾਰ ਸਾਹਿਬ ਸੀ। ਹਾਂਜੀ। ਤੁਸੀਂ ਹੁਣ ਪਰਮਾਤਮਾ ਦਾ ਅਤੇ ਪ੍ਰਬਲਿਕ ਦਾ ਕਿਸ ਤਰ੍ਹਾਂ ਸ਼ੁਕਰ ਕਰਦੇ ਹੋ? ਮੈਂ ਚਾਨਣ ਵਾਲਿਆਂ ਦਾ ਬਹੁਤ ਸ਼ੁਕਰ ਕਰਦੀ ਹਾਂ, ਪਰਮਾਤਮਾ ਦਾ ਵੀ ਬਹੁਤ ਸ਼ੁਕਰੀਆ ਕਰਦੀ ਹਾਂ, ਬਾਕੀ ਬਹੁਤ ਸੰਗਤ ਦਾ ਵੀ ਸ਼ੁਕਰ ਕਰਦੀ ਹਾਂ ਜਿਹਨਾਂ ਮੇਰੇ ਬੱਚੇ ਦੀ ਦੇਖਭਾਲ ਕੀਤੀ ਹੈਗੀ।